ਅੱਜ ਗੁਰਮਤਿ ਦਾ ਪ੍ਰਚਾਰ ਕਰਨ ਭੇਜਦੇ। ਉਸ ਤੋਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਤਖ਼ਤ ਜੀ ਦੇ ਮਾਲਕ ਬਣੇ। ਪਤਾ ਲੱਗਿਆ ਭਾਈ ਗੁਰਦਾਸ ਜੀ ਨੂੰ ਆਗਰੇ ਤੋਂ ਸੰਗਤ ਦੇ ਸਮੇਤ ਭਾਈ ਗੁਰਦਾਸ ਜੀ ਆਏ। ਪੈਦਲ ਤੁਰ ਕੇ ਆਉਂਦੇ, ਕਿੱਥੇ ਗੱਡੀਆਂ ਗੁੰਡੀਆਂ ਸੀ। ਜਿਸ ਵੇਲੇ ਆਏ ਸਤ ਸੰਗਤ ਜੀ, ਗੋਬਿੰਦਵਾਲ ਸਾਹਿਬ ਨੂੰ ਆਏ ਪਹਿਲਾਂ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਮਨਾਇਓ, ਗਏ ਦੁੱਖ ਦੂਰ ਵਰਖਣ ਸੋ ਗੁਰੂ ਦੁੱਖ ਵੇ ਗੁਰੂ ਮੁਖ ਦੇ ਗੁਰੂ ਸੁਖ ਪਾਇਓ। ਐਡਾ ਵੱਡਾ ਪ੍ਰਤਾਪ ਸੀ। ਜਿਸ ਵੇਲੇ ਆਏ ਉਸ ਵੇਲੇ ਸਤ ਸਾਂਝੀ ਦਿਨ ਦਾ ਛਪਾ ਹੋ ਗਏ। ਉਹ ਬੇੜੀਆਂ ਵਾਲੇ ਦਰਿਆ ਪਾਰ ਕਰਨਾ ਸੀ, ਮਲਾਹ ਚਲੇ ਗਏ। ਭਾਈ ਗੁਰਦਾਸ ਨੇ ਸੋਚਿਆ ਸੰਗਤ ਥੱਕੀ ਹੋਈ ਹੈ, ਇੱਥੇ ਕਿਵੇਂ ਰਾਤ ਕਰਾਂਗੇ ਕੱਟਾਂਗੇ। ਕਹਿਣਗੇ ਸੰਗਤ ਜੀ, ਤੁਸੀਂ ਸਾਡੇ ਮਗਰ ਚਲੇ ਆਇਓ। ਮੁਲਕਾ ਸ਼ਬਦ ਵਸਿਆ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਦੇਵੈ ਪਾਹੇ ਨਾ ਸਾਕੇ ਜਾਵੇ। ਇਹ ਸ਼ਬਦ ਪੜ੍ਹਦੇ ਨਾ ਭਾਈ ਗੁਰਦਾਸ ਜੀ ਨੇ ਸਾਰੀ ਸੰਗਤ ਵਿਆਸਾ ਦਰਿਆ ਤੋਂ ਪਾਰ ਕਰ ਲਈ ਸੀ ਗੋਬਿੰਦਵਾਲ ਸਾਹਿਬ। ਜਿਸ ਵੇਲੇ ਸ਼ਹਿਰ ਨੇੜੇ ਗਏ ਗੋਬਿੰਦਵਾਲ ਸਾਹਿਬ ਦੇ ਬੱਚੇ ਖੇਡਦੇ ਸੀ ਆਪਸ ਵਿੱਚ ਹੀ, ਕਹਿਣ ਜੇ ਗੁਰੂ ਅਮਰਦਾਸ ਜੀ ਨੂੰ ਭਾਇਆ ਤਾਂ ਜਿੱਤੂਗਾ, ਆਹਾ ਜੇ ਨਹੀਂ ਨਾ ਭਾਇਆ ਤਾਂ। ਭਾਈ ਗੁਰਦਾਸ ਜੀ ਹੈਰਾਨ ਹੋ ਗਏ ਵੀ ਦੇਖੋ ਇੱਥੇ ਦੇ ਬੱਚਿਆਂ ਨੂੰ ਵੀ ਗੁਰੂ ਸਾਹਿਬ 'ਤੇ ਕਿੰਨੀ ਸ਼ਰਧਾ ਹੈ। ਬੱਚਿਆਂ ਦੇ ਚਰਨੀ ਹੱਥ ਲਾਇਆ ਭਾਈ ਗੁਰਦਾਸ ਜੀ, ਧੰਨ ਬਾਲਕੋ ਤੁਸੀਂ ਗੋਬਿੰਦਵਾਲ ਸਾਹਿਬ ਜਨਮ ਧਾਰਿਆ, ਤੁਹਾਨੂੰ ਇੰਨਾ ਭਰੋਸਾ ਹੈ। ਰਾਤ ਕੱਟ ਕੇ ਅਗਲੇ ਦਿਨ ਸਤ ਸੰਗਤ ਜੀ ਆਪ ਜੀ ਅੰਮ੍ਰਿਤਸਰ ਨੂੰ ਆਏ ਹਨ। ਜਿਸ ਵੇਲੇ ਆਏ ਦਰਸ਼ਨ ਕੀਤੇ, 68 ਘਾਟ 'ਤੇ ਆਪ ਜੀ ਸਜੇ ਹੋਏ ਸੀ ਗੁਰੂ ਅਰਜਨ ਦੇਵ ਸਾਹਿਬ ਜੀ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ, ਸੰਗਤ ਆਈ ਆ ਨਾਲ ਜਾਓ, ਲੰਗਰ ਵਿੱਚ ਭੋਜਨ ਛਕਿਆਓ। ਜਦੋਂ ਗਏ ਖਾਲਸਾ ਜੀ ਸੰਗਤ, ਉਸ ਵੇਲੇ ਮਾਤਾ ਗੰਗਾ ਜੀ 5ਵੇਂ ਪਾਤਸ਼ਾਹ ਦੇ ਮਹਿਲ ਸਨ, 6ਵੇਂ ਪਾਤਸ਼ਾਹ ਦੇ ਮਾਤਾ ਜੀ, ਨਾਲ ਹੀ ਬੀਬੀ ਭਾਨੀ ਵੀ ਦੇਖ ਲਓ ਸੱਸ ਲੱਗਦੀ ਸੀ। ਜਿਸ ਵੇਲੇ ਭੋਜਨ ਛਕਿਆ ਅਤੇ ਸੁੱਕੇ ਪ੍ਰਸ਼ਾਦੇ, ਬਹੁਤ ਹੀ ਸਾਦੇ, ਦਾਲ ਕੁਛ ਬਣਾ ਛਕਤਾ ਲਿਆ। ਭਾਈ ਗੁਰਦਾਸ ਜੀ ਕਹਿਣ ਲੱਗੇ ਬੀਬੀ ਭਾਨੀ ਨੂੰ, ਭੈਣ ਮੈਂ ਤੇਰਾ ਭਰਾ ਹਾਂ, ਸੰਗਤ ਦੇ ਸਵੇਰ ਤਾਂ ਪਹਿਲੇ ਦਿਨ ਤਾਂ ਘਿਓਕੂ ਪਾ ਦਿੰਦੀ, ਪਹਿਲੇ ਦਿਨ ਤਾਂ ਕੋਈ ਮਿੱਠਾ ਪਾ ਦੇ, ਸਤਿਕਾਰ ਬਾਵਾਂ ਭੈਣਾਂ ਦਾ ਬਹੁਤ ਸਤਿਕਾਰ ਹੁੰਦਾ। ਉਸ ਵੇਲੇ ਬੀਬੀ ਭਾਨੀ ਕਹਿਣ ਲੱਗੀ, ਇਹ ਭਰਾਤਾ ਜੀ, ਜੋ ਸਾਡੇ ਵੱਡੇ ਸਪੁੱਤਰ ਨੇ ਪਿਰਥੀਆ, ਉਹ ਸੰਗਤ ਨੂੰ ਲੈ ਜਾਂਦਾ ਪਰੇ ਰੱਖੇ, ਇੱਧਰ ਆਉਣ ਨਹੀਂ ਦਿੰਦਾ ਹੈ। ਜਿਹਾ ਜਿਹਾ ਸਮਾਂ ਆਉਂਦਾ ਹੈ ਉਹੋ ਜਿਹਾ ਅਸੀਂ ਲੰਗਰ ਚਲਾਉਂਦੇ ਹਾਂ, ਗੁਰੂ ਅਰਜਨ ਦੇਵ ਜੀ ਕਿਸੇ ਨੂੰ ਕੁਛ ਕਹਿੰਦੇ ਨਹੀਂ ਹਨ। ਉਸ ਵੇਲੇ ਖਾਲਸਾ ਜੀ, ਭਾਈ ਗੁਰਦਾਸ ਦੇ ਮਨ ਵਿੱਚ ਬੜਾ ਦੁੱਖ ਹੋਇਆ। ਅਗਲੇ ਦਿਨ ਕੀ ਕੀਤਾ, ਸੰਗਤ ਆ ਰਹੀ ਸੀ ਕਾਬਲ ਕੰਧਾਰ ਵੱਲੋਂ, ਬਹੁਤ ਸਾਰੇ ਭੇਟਾਂ ਲੈ ਕੇ। ਭਾਈ ਗੁਰਦਾਸ ਨੇ ਸੋਚਿਆ ਵੀ ਮੈਂ ਜਾਂਦਾ ਉਹਨਾਂ ਨੂੰ ਲਿਆਉਣਾ, ਨਹੀਂ ਤਾਂ ਪਿਰਥੀਏ ਨੇ ਆਪਦੇ ਏਜੰਟ ਰੱਖੇ ਸੀਗੇ ਬਹੁਤ, ਦੇਖ ਲਓ ਕਿੰਨੀ ਈਰਖਾ ਕੀਤੀ ਹੈ ਪਿਰਥੀ ਜਾਂਦੇ। ਵੱਡਾ ਪੁੱਤਰ ਸੀ ਗੁਰੂ ਰਾਮਦਾਸ ਜੀ ਦਾ, ਜਾ ਕੇ ਸੰਗਤ ਨੂੰ ਕਿਹਾ ਪਿਪੜੀ ਸਾਹਿਬ ਜੀ ਦੇ ਗੁਰਦੁਆਰਾ, ਸੰਗਤ ਜੀ ਜਿਹੜਾ ਕੋਈ ਗੁਰੂ ਨਿਮਿੱਤ ਲਿਆਏ ਹੋ ਇੱਥੇ ਭੇਟਾ ਕਰ ਦਿਓ। ਜਿੱਦਾਂ ਪਦਾਰਥੀ ਪੰਡਾ ਬੰਨ ਕੇ ਗੁਰੂ ਅਰਜਨ ਦੇਵ ਜੀ ਕੋਲ ਲੈ ਆਏ। ਜਿਸ ਵੇਲੇ ਲਿਆਏ, ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ, ਇਹ ਤੁਸੀਂ ਕਾਹੇ ਰੇ ਮਨ ਉੱਤਮ ਜਿਹੜਾ ਸੰਬੋਧਨ ਕਰਕੇ ਉਪਦੇਸ਼ ਦੇਵੇ, ਕਨਿਸ਼ਟ ਵਕਤਾ ਉਹ ਜਿਹੜਾ ਝਟਕ ਕੇ ਉਪਦੇਸ਼ ਦੇਵੇ। ਤਿੰਨ ਤਰ੍ਹਾਂ ਕਰਕੇ ਉਪਦੇਸ਼ ਦੇਈਦਾ, ਪਰ ਗੁਰੂ ਵਰਗਾ ਵੀ ਕੋਈ ਉੱਤਮ ਹੋਊ? ਥਾਂ ਥਾਂ 'ਤੇ ਮਨ ਦਾ ਨਾਂ ਆਉਂਦਾ ਕਿ ਨਹੀਂ? ਜਿਵੇਂ ਸਮਾਜ ਦੇ ਅੰਦਰ ਕੋਈ ਲੜਕੀ ਨਵੀਂ ਵਿਆਹੀ ਜਾਂਦੀ ਹੈ, ਉਹਦੇ ਸੱਸ ਸਹੁਰਾ ਧੀਏ ਗੱਲ ਕਰ, ਨੌਹੇ ਕਰਨ ਕਰ, ਉਪਦੇਸ਼ ਦੇਣਾ ਹੁੰਦਾ ਨਾ ਉਹਨੂੰ, ਆਪਣੀ ਲੜਕੀ ਨੂੰ ਬਜ਼ੁਰਗ ਬੁਲਾ ਲੈਂਦੇ।
ਇਹ ਢੰਗ ਹਨ ਸਤਸੰਗ ਜੀ। ਸੋ ਮਹਾਰਾਜ ਜੀ ਨੇ ਉੱਤਮ ਵਰਤੇ ਹਨ, ਕਾਹੇ ਦੇ ਮਨ ਚਿਤ ਵੈ ਉਦਮ ਜਾਂ ਆਹਰ ਹਰ ਜੀਓ ਭਰਿਆ। ਭਾਈ ਗੁਰਦਾਸ ਜੀ, ਸਭ ਨੂੰ ਮਨ ਪਿਆਰਾ ਹੈ, ਆਪਾਂ ਮਨ ਦੇ ਕਹੇ ਲੱਗਦੇ ਹਾਂ। ਜੇ ਮਾਂ ਬਾਪ ਕਹਿਣ ਨਾ ਆਹ ਕੰਮ ਕਰ, ਮੈਂ ਆਪਣੇ ਮਨ ਨਾਲ ਸੋਚਣਾ ਫਿਰ ਕਰੂੰ। ਵੀ ਮਨ ਨੇ ਕਦੇ ਰੋਟੀ ਨਹੀਂ ਦਿੱਤੀ, ਪਾਣੀ ਨਹੀਂ ਦਿੱਤੀ, ਪਾਲਿਆ ਨਹੀਂ, ਸਾਰੇ ਮਨ ਦੇ ਕਹੇ। ਜਿੰਨਾ ਚਿਰ ਮਨ ਦੇ ਕਹੇ ਉਨਾ ਚਿਰ ਮਨ ਵਸੀਏ। ਜਦੋਂ ਗੁਰੂ ਕਿਹਾ ਉਦੋਂ ਆਪਾਂ ਗੁਰਮਤੀਏ ਭਾਈ। ਆਹ ਸੰਗਤ 'ਚ ਕਿਉਂ ਜੁੜਦੇ ਹਾਂ? ਵੀ ਸਾਨੂੰ ਨਾ ਮਨ ਮਤ ਦਾ ਜਿਹੜਾ ਮਨ ਵਸੀਆਂ ਦਾ ਕਲੰਕ ਰਹਿ ਜੇ, ਪਰ ਗੁਰਸਿੱਖਾਂ ਦੇ ਆਸਰੇ ਅਸੀਂ ਗੁਰਮੁਖ ਬਣ ਜਾਈਏ। ਗੁਰਮੁਖ ਨਾਦਮ, ਗੁਰਮੁਖ ਵੇਦਨ, ਗੁਰਮੁਖ ਰਹਿਆ ਸੁਣਾਈ, ਇਹ ਗੁਰਮੁਖਾਂ ਦਾ ਕਰਤੱਵ ਹੈ। ਜੇ ਕੋਈ ਪੁੱਛੇ ਗੁਰਮੁਖ ਨਾਦਮ, ਕੀਰਤਨ ਵਿੱਚ ਪਰਚੇ ਰਹਿੰਦੇ ਨੇ ਗੁਰਮੁਖ। ਗੁਰਮੁਖ ਵੇਦਨ, ਆਤਮ ਵਿਚਾਰ ਕਰਦੇ ਰਹਿੰਦੇ ਨੇ ਗੁਰਮੁਖ। ਗੁਰਮੁਖ ਰਹਿਆ ਸੁਣਾਈ, ਗੁਰਮੁਖ ਇਕੱਲੇ ਬੈਠ ਕਰਕੇ ਵਾਹਿਗੁਰੂ ਦੇ ਵਿੱਚ ਧਿਆਨ ਧਾਰਨ ਕਰਕੇ ਬੈਠ ਜਾਂਦੇ ਨੇ। ਇੰਨੀ ਰਹਿਣੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਇਹ ਗੁਰਸਿੱਖਾਂ ਦੀ ਗੁਰਸਿੱਖੋ ਅਵਸਥਾ ਹੈ। ਭਾਈ ਗੁਰਦਾਸ ਜੀ ਨੂੰ ਬੁਲਾ ਕੇ ਜਦੋਂ ਕਿਹਾ ਵੀ ਤੁਸੀਂ ਕਾਹਨੂੰ ਇਹ ਉਦਮ ਕਰਨਾ ਸੀ, ਜਾਂ ਆਹਰ ਹਰ ਜੀ ਉਹ ਪਰਿਆ ਜੋ ਆਹਰ ਉਦਮ ਵਿੱਚ ਵਾਹਿਗੁਰੂ ਸਭ ਨੂੰ ਜਾਨ ਕੋ ਦੇ ਤੋ, ਅਜਾਨ ਕੋ ਦੇ ਤੋ, ਜਵਾਨ ਕੋ ਦੇ ਤੋ, ਜਿਵੇਂ ਨੂੰ ਕੋਈ ਲੈ। ਕਾਹੇ ਕੁ ਡੋਰਤ ਹੈ ਤੂੰਰੀ ਸੁਧ ਸੁੰਦਰ ਸ਼੍ਰੀ ਪਦਮਾ ਪਤ ਲੈ ਹੈ। ਜਿਹੜੇ ਜਾਨਦਾਰ ਨੇ ਉਹਨਾਂ ਨੂੰ ਵੀ, ਜਿਹੜੇ ਜੜ ਨੇ ਪੱਥਰਾਂ ਵਿੱਚ ਰਹਿੰਦੇ ਉਹਨਾਂ ਨੂੰ ਵੀ ਜਦ ਉਹ ਦਿੰਦਾ, ਤੂੰ ਕਿਉਂ ਡੋਰ ਲਿਆ ਬਈ? ਵੀ ਮੈਂ ਭੁੱਖਾ ਮਰ ਜੂੰਗਾ, ਸਭ ਦੇ ਮਨ ਵਿੱਚ ਹੈ ਮੈਂ ਭੁੱਖਾ ਮਰ ਜੂੰ। ਕਾਹੇ ਰੇ ਮਰ ਚਿਤਵਾ ਉਦਮ ਜਾਂ ਆਹਰ ਹਰ ਜੀ ਉਹ ਪਰਿਆ, ਸਹਿਲ ਪੱਥਰ ਮੈਂ ਜਨ ਤੋਂ ਪਾਏ ਤਾਂ ਘਰ ਜੀ ਕਾਗੇ ਕਰ ਸਰਿਆ। ਖੁਸ਼ਕ ਪੱਥਰਾਂ ਦੇ ਅੰਦਰ ਵੀ ਜਿਹੜੇ ਜੀਵ ਪੈਦਾ ਹੁੰਦੇ ਆ, ਵਾਹਿਗੁਰੂ ਉਹਨਾਂ ਨੂੰ ਵੀ ਰਿਜਕ ਦਿੰਦਾ ਹੈ। ਇੰਨਾ ਹੀ ਵਚਨ ਕਿਹਾ ਸੀ ਜਦ ਨੂੰ ਮਾਧਵ ਜੀ ਸੋਚੀ ਸਨ ਸਤਸੰਗ ਜੀ।